ਇਹਨੂੰ ਨਾ ਮਰੋੜ ਕੇ ਬੱਤੀ ਬਣਾ ਕੇ ਦੇ ਦਾ। ਤੈਨੂੰ ਕੀ ਨਹੀਂ ਦਿੱਤਾ ਪੰਜਾਬੀ ਨੇ? ਇਹਨੂੰ ਪੁੱਛੋ ਤਾਂ ਗੁਰਦਾਸ ਮਾਨ ਵਰਗਿਆਂ ਨੂੰ, ਇਹਦੀ ਕਦੇ ਫੁੱਟੀ ਗੋਡੀ ਦਿੱਤੀ ਆ? ਇਹ ਲੋਕ ਸਾਡੇ ਤੋਂ ਡਾਲਰ ਦੱਬ ਕੇ ਲੈ ਜਾਂਦੇ, ਲੁੱਟ ਕੇ ਲੈ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਾਂ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੁਰਦਾਸ ਮਾਨ ਉਹ ਕਲਾਕਾਰ ਹਨ ਜੋ ਪੰਜਾਬੀ ਸੰਗੀਤ ਜਗਤ ਵਿੱਚ ਸਭ ਤੋਂ ਪੁਰਾਣੇ ਥੰਮ ਹਨ। ਜਿੱਥੇ ਕਈ ਲੋਕ ਉਹਨਾਂ ਨੂੰ ਆਪਣਾ ਆਈਡਲ ਵੀ ਮੰਨਦੇ ਹਨ, ਉੱਥੇ ਅੱਜ ਕੱਲ੍ਹ ਉਹਨਾਂ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਕੁਝ ਦਿਨ ਪਹਿਲਾਂ ਗੁਰਦਾਸ ਮਾਨ ਨੇ ਰੈੱਡ ਐਫ ਐਮ 'ਤੇ ਦਿੱਤੀ ਇੰਟਰਵਿਊ ਦੌਰਾਨ ਇੱਕ ਦੇਸ਼ ਇੱਕ ਭਾਸ਼ਾ ਦਾ ਨਾਅਰਾ ਬੋਲਿਆ ਸੀ, ਜਿਸ ਤੋਂ ਬਾਅਦ ਸਾਫ਼ ਸੀ ਕਿ ਉਹ ਪੰਜਾਬੀ ਭਾਸ਼ਾ ਨੂੰ ਪਿੱਛੇ ਕਰ ਪੰਜਾਬ ਵਿੱਚ ਹਿੰਦੀ ਭਾਸ਼ਾ ਨੂੰ ਪਹਿਲੇ ਨੰਬਰ 'ਤੇ ਲਿਆਉਣਾ ਚਾਹੁੰਦੇ ਹਨ। ਬੀਤੇ ਦਿਨੀ ਰੈੱਡ ਐਫ ਐਮ 'ਤੇ ਗੁਰਦਾਸ ਮਾਨ ਦੀ ਇੰਟਰਵਿਊ ਲੈਣ ਵਾਲੇ ਹਰਜਿੰਦਰ ਥਿੰਦ ਨੇ ਉਹਨਾਂ ਬਾਰੇ ਕਾਫ਼ੀ ਕੁਛ ਕਿਹਾ ਕਿ ਮੈਨੂੰ ਵੀ ਗੁਰਦਾਸ ਮਾਨ ਤੋਂ ਇਹ ਉਮੀਦ ਨਹੀਂ ਸੀ, ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਸਵਾਲ ਹੀ ਨਾ ਪੁੱਛਦਾ। ਆਓ ਦੇਖਦੇ ਹਾਂ ਹੋਰ ਕੀ ਕਿਹਾ ਉਹਨਾਂ ਨੇ ਗੁਰਦਾਸ ਮਾਨ। ਕਈ ਇੰਟਰਵਿਊਜ਼ ਕੰਟੈਂਟ ਵਾਲੀਆਂ ਨੇ, ਕਈ ਪ੍ਰਮੋਸ਼ਨਲ ਇੰਟਰਵਿਊਜ਼ ਹੁੰਦੀਆਂ ਨੇ ਜਿੱਥੇ ਉਹ ਮਸ਼ਹੂਰੀ ਪਾਉਂਦੇ ਆ, ਉਹ ਦੱਸਦੇ ਆ ਕਿ ਅਸੀਂ ਇੰਸ਼ੋਰੈਂਸ ਵੇਚਦੇ ਹਾਂ, ਅਸੀਂ ਗੀਤ ਗਾਉਂਦੇ ਹਾਂ, ਔਰ ਜੋ ਹੋਏਗਾ ਇੱਕ ਪ੍ਰਮੋਸ਼ਨਲ ਇੰਟਰਵਿਊ ਸੀ। ਜਦ ਮੈਂ ਗੱਲਬਾਤ ਕਰ ਰਿਹਾ ਸੀ, ਜਦੋਂ ਇਹ ਸਵਾਲ ਪੁੱਛਿਆ ਬੋਲੀ ਬਾਰੇ, ਮੈਂ ਤੁਹਾਨੂੰ ਇਮਾਨਦਾਰੀ ਦੱਸਾਂ ਕਿ ਮੈਨੂੰ ਉਮੀਦ ਨਹੀਂ ਸੀ ਕਿ ਗੁਰਦਾਸ ਮਾਨ ਇਸ ਤਰ੍ਹਾਂ ਦੀ ਗੱਲ ਕਰੇ। ਮੈਨੂੰ ਉਮੀਦ ਇਹ ਸੀ ਕਿ ਜਦੋਂ ਬੋਲੀ ਦੀ ਗੱਲ ਹੋਣੀ ਹੈ, ਜਿਸ ਤਰ੍ਹਾਂ ਉਹਨੇ ਹੀ ਸੁਣਾਈ ਹੈ, ਇਸੇ ਤਰ੍ਹਾਂ ਹੀ ਉਹ ਪੰਜਾਬੀ ਦੇ ਜ਼ਬਾਨੇ ਦੀ ਜ਼ਬਾਨੇ ਮੇਰੇ ਦੇਸ਼ ਦੀ ਇਹੋ ਜਿਹੀ ਗੱਲ ਕਰੇ। ਮੈਨੂੰ ਸਟਿਲ ਤਾਂ ਉਹ ਹੋਈ ਜਦੋਂ ਉਹਨਾਂ ਨੇ ਤੁਸੀਂ ਸਹੀ ਗੱਲ ਸੁਣੀ, ਅੱਗੇ ਤੋਂ ਅੱਗੇ ਤੋਂ ਅੱਗੇ ਗੱਲਬਾਤ ਸੁਣੀ। ਸਾਰਾ ਘਟਨਾ ਕਰਨ ਹੋਇਆ ਸ਼ਾਇਦ ਇੰਨਾ ਦੁਖਦਾਈ ਨਾ ਹੁੰਦਾ ਜੇ ਹਾਲ ਦੇ ਅੰਦਰ ਚਰਨਜੀਤ ਸਿੰਘ ਪ੍ਰਤੀ ਉਹ ਅਪਸ਼ਬਦ ਨਾ ਬੋਲੇ ਜਾਣ। ਸ਼ਾਇਦ ਹਾਲੇ ਵੀ ਬਹੁਤ ਸਾਰੇ ਲੋਕ ਗੁਰਦਾਸ ਮਾਨ ਨਾਲ ਟੁੱਟਦੇ ਹਨ, ਜਿਹੜੇ ਉਹ ਅਪਸ਼ਬਦ ਸੀ ਜਿੰਨਾ ਉਹਨਾਂ ਨੇ ਨੁਕਸਾਨ ਕੀਤਾ, ਜਿੰਨਾ ਉਹਨੇ ਉਹਨਾਂ ਸ਼ਬਦਾਂ ਨਾਲ ਲੋਕਾਂ ਦਾ ਮਨ ਦਿਖਾਇਆ, ਸ਼ਾਇਦ ਉਹ ਕਿਸੇ ਵੀ ਮੁਆਫੀ ਨਾਲ ਮੁਆਫੀ ਨਹੀਂ ਕੀਤੀ ਆ। ਇਹ ਹੋਰ ਜਿਹੜਾ ਗੀਤ ਗਾਇਆ ਗਿਆ ਬੰਬ ਬੰਬ, ਸ਼ਾਇਦ ਉਹ ਸਤ ਗੁਰਨਾਮ ਸੀ, ਉਹ ਤਾਂ ਮੇਰਾ ਸਤ ਉਹ ਗੀਤ ਵੀ ਪੰਜਾਬੀ ਬੋਲੀ ਨੂੰ, ਪੰਜਾਬੀ ਪਿਆਰ ਕਰਨ ਵਾਲਿਆਂ ਨੂੰ, ਪੰਜਾਬ ਦੇ ਲੋਕਾਂ ਨੂੰ, ਉਹਨਾਂ ਦੇ ਫੈਨਸ ਜਿਹੜੇ ਲੋਕ ਇੱਥੇ ਵੀ ਬੈਠੇ ਆ, ਇੱਥੇ ਰਹਿੰਦੇ ਆ, ਅੰਦਰ ਬੈਠੇ ਸੀ, ਉਹਨਾਂ ਲੋਕਾਂ ਦਾ ਵੀ ਦਿਲ ਲੈ ਗਿਆ ਇਸ ਗੱਲ। ਇਸ ਵੀਡੀਓ ਵਿੱਚ ਤੁਸੀਂ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ ਕਿ ਗੁਰਦਾਸ ਮਾਨ ਨੇ ਆਪਣੇ ਦਿੱਤੇ ਬਿਆਨ 'ਤੇ ਮਾਫ਼ੀ ਮੰਗਣੀ ਚਾਹੀਦੀ ਹੈ ਜਾਂ ਨਹੀਂ। ਅਤੇ ਇਸ ਤਰ੍ਹਾਂ ਦੀਆਂ ਹਰ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ। ਛੇੜਨਾ ਪਰ ਤਾਂ